ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਢਾਲੀਵਾਲ ਫਾਰਮ ਆਦਮਪੁਰਾ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਾਈ ਦਵਿੰਦਰ ਦੇ ਫਾਰਮ ਤੋਂ ਬਣਾ ਰਹੇ ਹਾਂ ਪਿੰਡ ਹੈਗਾ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਆਹ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਝੋਟੀ ਦਾ ਰਿਕਾਰਡ ਦੋਸਤੋ ਚੰਗਾ ਹੈਗਾ ਵਧੀਆ ਰਿਕਾਰਡ ਦੀ ਝੋਟੀ ਹੈਗੀ ਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਇਹਦੀ ਤੇ ਤੁਸੀਂ ਆਹ ਦੇਖ ਸਕਦੇ ਹੋ ਅਰ ਡਰ ਕੁਆਲਿਟੀ ਇਹਦੀ ਦੋਸਤੋ ਮਾਂ ਵਾਲੇ ਪੱਖ ਤੋਂ ਵੀ ਰਿਕਾਰਡ ਚੰਗਾ ਹੈ ਇਹਦਾ ਤੇ ਪਿਓ ਵਾਲੇ ਪੱਖ ਤੋਂ ਵੀ ਚੰਗਾ ਤੇ ਬਾਕੀ ਜਿਹੜਾ ਇਹਦੇ ਸੀਮਨ ਲੱਗਿਆ ਉਹ ਵੀ ਚੰਗੇ ਰਿਕਾਰਡ ਦਾ ਲੱਗਿਆ ਹੋਇਆ ਵਾ ਤੇ ਬਾਕੀ ਆਪਾਂ ਬਾਈ ਤੋਂ ਇਹਦੀ ਸਾਰੀ ਡਿਟੇਲ ਲੈਣੇ ਆਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਜੀ ਠੀਕ ਹੈ ਠੀਕ ਹੈ ਵਧੀਆ ਨਿਆਰੇ ਆ ਤੇ ਆਪਣੀਆਂ ਧੋਟੀ ਭਗਾਉਗਾ ਜੀ ਹਾਂ ਭਗਾਉਗਾ ਬਾਈ ਤੇ ਉਮਰੇ ਦੀ ਕਿੰਨੀ ਹੋਊ ਬਈ 37 ਮਹੀਨੇ 37.3 ਮਹੀਨੇ ਬਸ ਮਤਲਬ 3 ਕਸਾਲ ਹੋਊਗੀ ਮਹੀਨਾ ਦੋ ਮਹੀਨੇ ਉੱਤੇ ਹਾਂ ਠੀਕ ਹੈ ਤੇ ਟਾਈਮ ਕਿੰਨਾ ਰਹਿੰਦਾ ਬਈ ਇਹਦਾ ਟਾਈਮ ਇਹ ਰਹਿਦਾ ਨੇ ਪੂਰੇ ਹੋਏ ਹੋਏ ਦਿਨ ਪੂਰੇ ਹੀ ਆ ਹਾਂ 28 ਤਰੀਕ ਨੂੰ ਦਿਨ ਪੂਰੇ ਹੋਗੇ ਸੀ ਅੱਛਾ ਮਤਲਬ ਦਿਨ ਉੱਤੇ ਲੀ ਜਾਂਦੀ ਹੈ ਨਾ ਹਾਂ ਦੋ ਦਿਨ ਦੋ ਤਿੰਨ ਦਿਨ ਉੱਤੇ ਹੋਗੇ ਮੰਨ ਕੇ ਚੱਲ ਤੂੰ ਠੀਕ ਆ ਵੀ ਕੋਈ ਲੈ ਜੂ ਵਾਲੇ ਮੇਰੇ ਕੋਲ ਕੋਈ ਬਾਈ ਧਾਈ ਨਹੀਂ ਜਿਹੜੇ ਸਾਬ ਆਪਰੇ ਹਜੇ ਨਮਾਏ ਨਹੀਂ ਹਨ ਦਿਨ ਉੱਤੇ ਹੋਰ ਵੀ ਲਿਆ ਸਕਦੇ ਹਨਾ ਦੋ ਚਾਰ ਦਿਨ ਲਿ ਜਾ ਸਕਦੀ ਹੈ ਜੀ ਕੋਈ ਹਲੇ ਬਾਈ ਹੈ ਨਹੀਂ ਬਾਈ ਤਾਈ ਦੀ ਸੁੰਦਰੀ ਠੀਕ ਆ ਬਾਈ ਤੇ ਬਾਈ ਇਹ ਕਹੇ ਦੱਸਦੇ ਸਭ ਤੋਂ ਪਹਿਲਾਂ ਵੀ ਜਿਹੜਾ ਇਹ ਸੀਮਨ ਲੱਗਿਆਗਾ ਉਹ ਕਿਹੜਾ ਲੱਗਿਆਗਾ ਉਹ ਪੰਨੂ ਡੇਰੀ ਫਾਰਮ ਵਾਲੇ ਦੇ ਬਲੀ ਦਾ ਬਲੀ ਦਾ ਕਾਲਖਾਂ ਵਾਲੇ ਦਾ ਹਾਂ ਕਾਲਖਾਂ ਠੀਕ ਆ ਬਲੀ ਝੋਟੇ ਦਾ ਵਧੀਆ ਰਿਕਾਰਡ ਆ ਉਹਦਾ ਬਈ ਹੈ ਨਾ ਹਾਂ ਰਿਕਾਰਡ ਬਹੁਤ ਚੰਗਾ ਝੋਟੇ ਦਾ ਹਾਂ ਦੋਸਤੋ ਰਿਕਾਰਡ ਉਸ ਝੋਟੇ ਦਾ ਬਹੁਤ ਚੰਗਾਗਾ ਤੇ ਬਾਕੀ ਬਾਈ ਇਹਦੀ ਮਾਂ ਬਾਰੇ ਦੱਸਿਓ ਮਾਂ ਆਪਣੇ ਕੋਲੇ ਹੀ ਹੈ ਨਾ ਨਹੀਂ ਆਪਾਂ ਮਾਂ ਇਹਦੀ ਸੇਲ ਕਰਤੀ ਸੀਗੀ ਹਾਂ ਆਪਣਾ ਪਹਿਲਾ ਘਰ ਦੀ ਝੋਟੀ ਸੀ ਕਹਿਣ ਦਾ ਪਹਿਲਾਂ ਵਾਲੇ ਪਸ਼ੂਆਂ ਚ ਜਿਹੜੇ ਆਪਣੇ ਪਹਿਲਾਂ ਆਪਾਂ ਨਹੀਂ ਲੈਂਦੇ ਸੀਗੇ ਅੱਛਾ ਮਤਲਬ ਘਰ ਦੇ ਰਵੇ ਚੋਂ ਹੀ ਸੀ ਘਰ ਦੇ ਰਵੇ ਚੋਂ ਸੀਗੀ ਠੀਕ ਆ ਉਹਦਾ ਆਪਾਂ ਯਾਰ ਸਨ ਨਹੀਂ ਯਾਦ ਹੁਣ ਅੱਛਾ ਇੱਥੇ ਆਪਣੇ ਸਰਕਾਰੀ ਹਸਪਤਾਲ ਚ ਚਵਾਈ ਕਰਾਈ ਸੀਗੀ ਠੀਕ ਆ ਬਈ 17 ਕਿਲੋ ਦਿੱਤਾ ਸੀ ਤੁਦ ਨੂੰ 17 ਕਿਲੋ ਦੁੱਧ ਉਹਦਾ ਰਿਕਾਰਡ ਹੋਇਆ ਵਾ ਰਿਕਾਰਡ ਹੋਇਆ ਵਾ ਹਾਂ ਠੀਕ ਆ ਬਈ ਉਹਦਾ ਜਿਹੜਾ ਕੱਟਾ ਸੀਗਾ ਹੂੰ ਉਹ ਵੀ ਉਹ ਮੇਰੇ ਖਾਲਾ ਮੱਤੇਵਾੜੇ ਚਾਇਆ ਯਾਰ ਅੱਛਾ ਬਈ ਉੱਥੇ ਭੇਜਿਆ ਸੀਗਾ ਮੱਤੇਵਾੜੇ ਛੱਡ ਕੇ ਆਏ ਸੀਗੇ ਉਹ ਆਪਣਾ ਬੱਚਾ ਸੇਲ ਹੋਇਆ ਸੀ ਆਪਣੇ ਕੋਲੇ ਜਿਹੜਾ 17 ਕਿਲੋ ਦੁੱਧ ਦਿੱਤਾ ਉਹਦਾ ਸਰਟੀਫਿਕੇਟ ਵੀ ਹੈਗਾਗਾ ਅੱਛਾ ਉਹਦਾ ਸਰਟੀਫਿਕੇਟ ਵੀ ਹੈਗਾ ਬਈ ਹਾਂ ਠੀਕ ਆ ਬਈ ਤੇ ਮਾ ਦਾ ਰਿਕਾਰਡ ਚੰਗਾ ਕਰਕੇ ਵੀ ਉਹਦਾ ਨੀ ਕੱਟਾ ਵੀ ਸੇਲ ਹੋ ਗਿਆ ਸੀ ਹਾਂ ਉਹਦਾ ਕੱਟਾ ਸੇਲ ਹੋ ਗਿਆ ਸੀ ਬਾਈ ਜਦੋਂ ਜਦੋਂ ਟੋਕੜ ਹੋ ਗਈ ਜਦੋਂ ਕੱਟਾ ਸੇਲ ਹੋ ਗਿਆ ਸੀ ਠੀਕ ਆ ਬਈ ਡੀ ਐਨ ਏ ਕਰਕੇ ਕੱਟਾ ਲੈ ਗਿਆ ਸੀ ਉਹ ਸਾਰਾ ਕੁਝ ਕਰਕੇ ਠੀਕ ਆ ਬਾਈ ਉਹਦਾ ਰਿਕਾਰਡ ਚੰਗਾ ਸੀ ਹਨਾ ਤਾਂ ਕਰਕੇ ਹਾਂ ਤੇ ਬਈ ਇਹਦੇ ਪਿਓ ਦੀ ਗੱਲ ਕਰਗੇ ਤਾਂ ਕਿਹੜਾ ਹੈਗਾ ਇਹ ਮੰਨ ਕੇ ਚੱਲੋ ਵੀ ਖਲੀ ਦੀ ਪੋਤੀ ਹੈ ਖਲੀ ਦੀ ਪੋਤੀ ਹੈ ਕਲੀ ਦਾ ਸੀਮਨ ਗਰਜੀਤ ਅਰਗਿਆ ਨੇ ਲਵਾਇਆ ਸੀ ਉਹ ਤਰਨ ਤਰਨ ਵਾਲਿਆਂ ਨੇ ਠੀਕ ਆ ਬਈ ਸੁਭਰਾਮਣ ਵਾਲਾ ਗਰਜੀਤ ਤੋਂ ਮੱਝ ਲੈ ਕੇ ਆਇਆ ਸੀ ਬਲਜਿੰਦਰ ਠੀਕ ਆ ਠੀਕ ਆ ਬਈ ਕਲੀ ਦਾ ਸੀਮਨ ਲਵਾਇਆ ਸੀ ਉਹਦਾ ਕੱਟਾ ਆਇਆ ਸੀ ਬਲਜਿੰਦਰ ਨੇ ਪਾਲ ਲਿਆ ਸੀ ਠੀਕ ਆ ਬਾਅਦ ਚ ਫਿਰ ਆਪਣੇ ਮਿੱਤਰ ਜੀ ਦੀਨੇ ਵਾਲੀ ਸਰਪੰਚ ਠੀਕ ਆ ਬਈ ਅੱਛਾ ਉਹਨਾਂ ਕੋਲੇ ਸੀ ਹਾਂ ਉਹਨਾਂ ਨੂੰ ਦੇਦਾ ਸੀ ਬਲਜਿੰਦਰ ਨੇ ਠੀਕ ਆ ਉਹ ਤਾਂ ਬਸ ਦੀ ਕ੍ਰਾਸ ਕਰਾ ਕੇ ਲੈ ਜਾਂਦੀ ਸੀ ਮੱਝ ਅੱਛਾ ਉਹ ਤਾਂ ਇਹ ਡਾਇਰੈਕਟ ਕ੍ਰਾਸਿੰਗ ਦੀ ਹੈ ਡਾਇਰੈਕਟ ਕ੍ਰਾਸ ਹੁੰਦੀ ਹੈ ਠੀਕ ਆ ਮਤਲਬ ਖਲੀ ਦੀ ਬੋਤੀ ਆ ਗਈ ਹੈ ਨਾ ਖਲੀ ਦੀ ਬੋਤੀ ਆ ਗਈ ਹੈ ਮਤਲਬ ਠੀ ਪਿਓ ਵਾਲਾ ਪੱਖ ਵੀ ਚੰਗਾ ਆਗਾ ਤੇ ਮਾਲੇ ਪੱਖ ਤੋਂ ਵੀ ਚੰਗੀ ਆ ਹਨ ਮਾਲੇ ਮਾਂ ਆਪਣੇ ਕੋਲੇ ਸੀ ਆਪਾਂ ਚਵਾਈ ਕਰਾਈ ਸੀ ਠੀਕ ਆ ਬਈ ਇਹ ਵੀ ਜਾਇਜ ਗੱਲ ਆ ਸਹੀ ਆ ਜਿਹੜੀ ਮੰਨ ਕੇ ਚੱਲ ਪਿੰਡ ਚ ਹੋਈ ਵੀ ਹਨਾ ਆਸਪਤਾਲ ਚ ਹਾਂ ਹਾਂ ਬਈ ਜਿਹੜਾ ਪਿਓ ਵਾਲਾ ਰਿਕਾਰਡ ਆ ਉਹ ਮੰਨ ਕੇ ਚੱਲੋ ਹੁਣ ਮੂਰੇ ਆਊਗਾ ਜਦੋਂ ਆਹ ਸੂਗੀ ਜਾਂ ਆਪਣੇ ਮੇਰੇ ਤਾਈ ਜੀ ਕੋਲੇ ਆ ਘੱਟੀ ਉਹ ਸੂਗੀ ਨਾ ਮੂਰੇ ਆਊਗਾ ਬਹੁਤ ਚੰਗਾ ਝੋਟਾ ਬਹੁਤ ਚੰਗਾ ਰਿਕਾਰਡ ਆ ਉਹਦਾ ਮਤਲਬ ਚੰਗਾ ਰਿਕਾਰਡ ਆਗਾ ਤੇ ਬਾਕੀ ਹੁਣ ਮਤਲਬ ਇਹਦਾ ਰਿਜ਼ਲਟ ਸਾਹਮਣੇ ਆਈ ਜਾਣਾ ਹਨਾ ਆ ਜਾਣਾ ਬਈ ਹਾਂ ਮਤਲਬ ਪਹਿਲਾਂ ਝੋਟੀਆਂ ਮਤਲਬ ਮਹੀਨੇ ਵਾਂਗੂ ਤਾਂ ਲੈ ਜਾਂਦੀਆਂ ਹਨਾ ਹਾਂ ਪੀਕ ਤੇ ਆਉਣ ਲਈ ਮਹੀਨਾ 35 ਦਿਨ ਤਾਂ ਜਰਮਨਨ ਕੇ ਚਾ ਹਾਂ ਤੇ ਵੱਧ ਵੀ ਲਿਆ ਸਕਦੀਆਂ ਬਾਕੀ ਸੇਵਾ ਤੇ ਵੀ ਹਨਾ ਬਈ ਹਾਂ ਸੇਵਾ ਤੇ ਬਈ ਹੁਣ ਪਾਵਾਂਗੇ ਨਾ ਕੁਝ ਵੀ ਹਾਂ ਜੀ ਆਪਾਂ ਹੁਣ ਕੁਝ ਪਾਵਾਂਗੇ ਵੀ ਨਾ ਵਧੀਆ ਉਮੀਦ ਹੈ ਝੋਟੀ ਦੀ ਚੰਗੀ ਉਮੀਦ ਹੈ ਹੈਗੀ ਹੈ ਵੀ ਆ ਵੀ ਉਮੀਦ ਚੰਗੀ ਆ ਵੀ ਵਧੀਆ ਦੁੱਧ ਦੇ ਦੂ ਹਨਾ ਹਾਂ ਬਾਕੀ ਹੁਣ ਜੋ ਕੋ ਸਾਂਭਣ ਨਾਲ ਲੈ ਕੇ ਜੋ ਤਾਂ ਹੈ ਹਨਾ ਬਾਕੀ ਸੇਵਾ ਸਿਰ ਤੇ ਆ ਠੀਕ ਆ ਬਈ ਹਾਂ ਰਿਕਾਰਡ ਚੰਗਾਗਾ ਬਾਕੀ ਸੇਵਾ ਸਿਰ ਤੇ ਹਨਾ ਹਾਂ ਤੇ ਬਾਡੀ ਵਾਂਂਟਰ ਦੇਖ ਸਕਦੇ ਹੋ ਦੋਸਤੋ ਇਹਦੀ ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਆਰਡਰ ਮੂਰ ਨੂੰ ਵੀ ਬਹੁਤ ਆਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਆਗਾ ਤੇ ਬਾਕੀ ਵਿਥੀ ਬਹੁਤ ਚੰਗੀ ਆਗੀ ਤੇ ਥਣਾ ਦਾ ਸਹਿਜ ਵੀ ਬਹੁਤ ਸੋਹਣਾਗਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਬਾਡੀ ਵਾਂਂਟਰ ਦੀ ਵੀ ਪੂਰੀ ਚੰਗੀ ਹੈਗੀ ਸੁਨੱਖੀ ਆ ਝੋਟੀ ਕੋਈ ਕਮੀ ਨਹੀਂ ਦਿਖ ਰਹੀ ਥੋੜੇ ਜਿਹਾ ਸੰਗ ਜ਼ਰੂਰ ਖੁੱਲੇ ਆ ਉਹ ਵੀ ਇਸੇ ਲਈ ਆ ਕਿਉਂਕਿ ਇਹਦੀ ਮਾਂ ਦੇ ਸੰਗ ਥੋੜੇ ਜਿਹਾ ਖੁੱਲੇ ਸੀਗੇ ਇਸੇ ਕਰਕੇ ਥੋੜੇ ਸੰਗ ਖੁੱਲੇ ਆ ਗਏ ਆ ਤੇ ਬਾਕੀ ਹੋਰ ਕੋਈ ਕਮੀ ਨਹੀਂ ਹੈਗੀਗੀ ਆ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆਂਗੇ ਆ ਪਿੱਠ ਬੁੜੇ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਖੁੱਲੀ ਹੈਗੀ ਤੇ ਆਰਡਰ ਤੁਹਾਨੂੰ ਪਿਛੋਂ ਵੀ ਦਿਖਾ ਦਿੰਨੇ ਆਂ ਭਾਈ ਪੂਸ ਫੜੀ ਮੜੀ ਜੀ ਦੀ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣੀ ਹੈਗੀ ਤੇ ਥਣਾ ਚ ਵਿੱਥੀ ਵੀ ਬਹੁਤ ਚੰਗੀ ਹੈਗੀ ਤੇ ਠੰਡੀ ਸੀਲ ਆ ਵਾ ਕੀ ਦੇਖ ਸਕਦੇ ਹੋ ਤੁਸੀਂ ਆ ਭਈਆ ਥਲਾ ਕੇ ਦਿਖਾਈ ਜਾਂਦਾ ਤੇ ਇਹਨੂੰ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਚੱਕਰ ਤੇ ਬਾਕੀ ਪੂਸ਼ ਕਿਵੇਂ ਹੈ ਬਾਈ ਕਾਲਗੋ ਹੀ ਜਮਾ ਥੋੜੇ ਬਾਅਦ ਚਿੱਟੇ ਆ ਬਾਲ ਹੀ ਆ ਬਸ ਨਾ ਮਾਤਰੀ ਆ ਹਨਾ ਮੈਂ ਮਤਲਬ ਇਹ ਬਾਲ ਹੋਣਗੇ ਹਾਂ ਮਾੜੀ ਮੋਟੇ ਜੀ ਆ ਬਸ ਥੱਲਿਓਂ ਜੇ ਤੇ ਬਾਕੀ ਜੈਡ ਬਲੈਕ ਹੀ ਆ ਹਨਾ ਬਾਕੀ ਦੋਸਤੋਂ ਖਾਣ ਪੀਣ ਦੀ ਵੀ ਵਧੀਆ ਚੰਗੀ ਹੈਗੀ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਾਈ ਜਾਂਦੀ ਹੈਗੀ ਤੇ ਬਾਕੀ ਜੋ ਇਹਦੇ ਲੱਤਾਂ ਲੁੱਤਾਂ ਦੇਖ ਸਕਦੇ ਤੁਸੀਂ ਪੂਰੀ ਮਜ਼ਬੂਤੀ ਚ ਆਹਦੀਆਂ ਲੱਤਾਂ ਕੋਈ ਐ ਪਤਲੀਆਂ ਨਹੀਂ ਹੈਗੀਆਂ ਗੀਆਂ ਵੀ ਜਾਂ ਕੋਈ ਕਮਜ਼ੋਰ ਆ ਗਈ ਤੇ ਆਹ ਦੇਖ ਸਕਦੇ ਹੋ ਤੁਸੀਂ ਬਾਕੀ ਮੂੰਹ ਦੀ ਵੀ ਸੁਨੱਖੀ ਹੈਗੀ ਫੇਸ ਕੁਆਲਿਟੀ ਇਹਦੀ ਦੇਖ ਸਕਦੇ ਹੋ ਕਮੀ ਤਾਂ ਇਹਦੇ ਵਿੱਚ ਕੋਈ ਨਹੀਂ ਹੈਗੀ ਹੋਰ ਬਸ ਥੋੜੀ ਸਿੰਗਾ ਦੇ ਆ ਉਹ ਵੀ ਥੋੜਾ ਜਿਹਾ ਪਿਛਲੇ ਰਵੇ ਤੇ ਜਾਵੜੀ ਕਰਕੇ ਆ ਤੇ ਬਾਕੀ ਹੋਰ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਬਾਕੀ ਦੋਸਤੋ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਬਾਈ ਨਾਲ ਆਪਾਂ ਰੇਟ ਕਨਫਰਮ ਕਰਦੇ ਆਂਗੇ ਵੀ ਕੀ ਰੇਟ ਕਰਦਾ ਰੇਟ ਬਾਈ ਕੀ ਰੱਖਿਆ ਇਹਦਾ ਰੇਟ ਫੋਨ ਤੇ ਕਰ ਲਾਂਗੇ ਬਾਈ ਅਛਾ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਤੇ ਆਪਣਾ ਵੀ ਕੰਟੈਕਟ ਨੰਬਰ ਦੱਸ ਦਿਓ ਇੱਕ ਵਾਰੀ 95109 95109 00004 00004 ਹਾਂ 95109 4004 ਠੀਕ ਹੈ ਬਾਈ ਹਾਂਜੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਜੀ ਨੂੰ ਵੀ ਝੋਟੀ ਇਹ ਪਸੰਦ ਆਉਂਦੀ ਹੈਗੀ ਚੰਗੇ ਰਿਕਾਰਡ ਦੀ ਆ ਤੇ ਚੰਗੋ ਹੀ ਉਮੀਦ ਹੈ ਇਹਦੇ ਤੋਂ ਤੇ ਬਾਕੀ ਜੋ ਪਸ਼ੂ ਆ ਬਾਈ ਕੋਲੇ ਸਾਰੇ ਹੀ ਚੰਗੇ ਆ ਸਾਰੀ ਜਾਣਦੇ ਹੀ ਆਪਾਂ ਤੇ ਬਾਈ ਕੋਲੇ ਜਿਵੇਂ ਤਿੱਲ ਮੱਝ ਆ ਉਹ ਵੀ ਚੰਗੇ ਰਿਕਾਰਡ ਦੀ ਆ ਤੁਹਾਨੂੰ ਪਤਾ ਹੀ ਹੈਗਾ ਤੇ ਬਾਕੀ ਕ੍ਰਾਂਤੀ ਮੱਝ ਵੀ ਬਾਈ ਕੋਲੇ ਹੈਗੀ ਤੇ ਬਾਕੀ ਜੋ ਹੋਰ ਪਸ਼ੂ ਆਗੇ ਉਹ ਵੀ ਸਾਰੇ ਮਤਲਬ ਚੰਗੇ ਰਿਕਾਰਡ ਦੇ ਹੀ ਆਗੇ ਮਾੜਾ ਪਸ਼ੂ ਕੋਈ ਨਹੀਂ ਹੈਗਾਗਾ ਤੇ ਸਾਰੇ ਪਸ਼ੂ ਚੰਗੇ ਹੈਗੇ ਤੇ ਇਹਦਾ ਵੀ ਰਿਕਾਰਡ ਬਹੁਤ ਚੰਗਾ ਚੰਗੀ ਉਮੀਦ ਆਗੀ ਤੇ ਬਾਕੀ ਸੇਵਾ ਤੇ ਡਿਪੈਂਡ ਆਗਾ ਜਿਹੜਾ ਸੇਵਾ ਕਰੂਗਾ ਉਹਨਾਂ ਉਹ ਦੁੱਧ ਇਸ ਝੋਟੀ ਤੋਂ ਲੈ ਸਕਦਾਗਾ ਤੇ